सी देख रहे हो सांझ टीवी न्यूज पोर्टल। पिछले दिनों तो वधदे डीजल अते पेट्रोल दीआं कीमतां नूं घट करन दीआं मंगां नूं लै के पूरे भारत विच ट्रक ऑपरेटरां दी हड़ताल चल रही है। इस संबंधित श्री मुक्तसर साहिब दे ट्रक ऑपरेटरां दे वालों रोड उपर चलण वाले ट्रकां नूं रोक के उन्हां नूं इस संघर्ष संबंधी साथ देण दी अपील कीती गई। इस संबंध विच मुक्तसर दे ऑपरेटरां दा कहना है कि हर रोज डीजल दीआं वध रहीआं कीमतां दा बोझ उन्हां दे रोजगार उपर पैंदा है। उन्हां ने चेतावनी दित्ती है कि जदों तक डीजल पेट्रोल दीआं कीमतां घट नहीं कीतीआं अते टोल टैक्स बंद नहीं कीता गया उदों तक साडा संघर्ष जारी रहेगा। चल रही है कि किस मंग नूं लैके जिहड़े अपने जिहड़े पेट्रोल ते डीजल दे जिहड़े भाव वधे आ जिहड़े इन्हां टोल टैक्स लाए है ठीक है जिहड़ा गुंडा टैक्स लाया इन्हां ने उहदे वापस करता ਤੇ ਹੁਣ ਤੁਹਾਡਾ ਅਗਲਾ ਸੰਘਰਸ਼ ਕੀ ਆ? ਹੁਣ ਸੰਘਰਸ਼ ਜਿੰਨਾ ਤੀਕਰ ਸੈਂਟਰ ਜਿਹੜੀ ਸਰਕਾਰ ਹੈ ਜਿੰਨਾ ਕਿ ਸਾਡੀ ਗੱਲ ਨਹੀਂ ਸੁਣਦੀ ਕਿ ਉਹਨਾਂ ਚ ਸਾਡਾ ਸੰਘਰਸ਼ ਜਿਹੜਾ ਇਹ ਪੂਰੇ ਤੌਰ ਤੇ ਵਿੱਢਿਆ ਜਾਊਗਾ। ਤੇ ਅੱਜ ਦਾ ਤੁਹਾਡਾ ਕੀ ਮੇਨ ਮਕਸਦ ਆ? ਅੱਜ ਦਾ ਸਾਡਾ ਮੇਨ ਮਕਸਦ ਇਹ ਹੈ ਵੀ ਜਿਹੜੇ ਗੱਡੀਆਂ ਭਰ ਕੇ ਜਾ ਰਹੇ ਆ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਜਿਹੜਾ ਕੰਮ ਹੈ ਸਾਰਿਆਂ ਦਾ ਆਪਣਾ ਸਾਂਝਾ ਹੈ। ਸਾਰਿਆਂ ਅੱਗੇ ਬੇਨਤੀ ਹੈ ਵੀ ਜਿਹੜਾ ਬੇਨਤੀ ਕਰਦੇ ਵੀ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੁੱਖ ਖੜਨ। ਜਿਹੜਾ ਇਹ ਕਰ ਰਹੇ ਕੰਮ ਇਹ ਸਾਡੇ ਸਾਰਿਆਂ ਦਾ ਨੁਕਸਾਨ ਹੈ। ਅਸੀਂ ਬਸ ਡੀਜ਼ਲ ਪੈਟਰੋਲ ਵਾਲੇ ਅਸੀਂ ਹੜਤਾਲ ਕੀਤੀ ਹੈ ਜੀ। ਜਿੰਨੇ ਵੀ ਅਸੀਂ ਗੱਡੀਆਂ ਲੈਣ ਰੋਕ ਰਹੇ ਹਾਂ ਇਹ ਸਾਡੇ ਨਾਲ ਮੋਢਾ ਲਾ ਕੇ ਚੱਲਣ, ਇਸ ਕਰਕੇ ਅਸੀਂ ਹੜਤਾਲ ਕੀਤੀ। ਤੇ ਜੇ ਡੀਜ਼ਲ ਦੇ ਪੈਟਰੋਲ ਦੇ ਰੇਟ ਨਹੀਂ ਘਟਦੇ ਤਾਂ ਫਿਰ ਅਗਲਾ ਸੰਘਰਸ਼ ਕੀ ਹੋਊ? ਫਿਰ ਅਸੀਂ ਬੈਠੇ ਹੈਗੇ ਆ ਜੀ ਰੋਡ ਦੇ ਉੱਤੇ। ਮੁਕਤਸਰ ਤੋਂ ਸੈਣੀ ਡੱਲਾਂ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।